ਜੀ ਬਿਲਕੁਲ ਸਰਵੰਤ ਸਿੰਘ ਫੇਸਬੁਕ ਤੇ ਕਹਿੰਦੇ ਨੇ ਕਿਨੇ 32% ਤੇ ਲੋਨ ਲਏ ਨੇ ਲੋਕਾਂ ਨੇ ਤੇ ਹੁਣ ਚੀਪ ਲੋਡ ਚੱਕੀ ਜਾਂਦੇ ਨੇ ਮਾਰਕੀਟ ਤੇ ਡਾਊਨ ਜਾਣੀ ਹੀ ਆ ਸੋ ਦੇਖੋ ਇਹ ਇਹ ਸਥਿਤੀ ਇਹ ਜਿਹੜਾ ਮਸਲਾ ਤਾਂ ਮੁੱਢ ਤੋਂ ਹੀ ਮਿਲਦਾ ਟਰਕਿੰਗ ਦੇ ਨਾਲ ਜੁੜਿਆ ਹੀ ਰਿਹਾ ਆ ਕੁਝ ਲੋਕ ਚਾਹੁੰਦੇ ਨੇ ਵੀ ਹਾਇਰ ਦੇ ਉੱਤੇ ਜਿਹੜਾ ਉਹ ਚੱਕਿਆ ਜਾਵੇ ਪਰ देयर विल बी ਫਿਊ ਪੀਪਲ ਜੇ ਤੁਹਾਨੂੰ ਉਹਨਾਂ ਦੇ ਲੋਕ ਜਿਹੜੇ ਲੱਭਣਗੇ ਜਿਨ੍ਹਾਂ ਨੇ ਆ ਮ ਇਹ ਤੋਂ ਕਾਟਾ ਕੀ ਐਕਚੁਅਲ ਦੇ ਵਿੱਚ 32% ਦੇ ਉੱਤੇ ਲੋਕਾਂ ਨੇ ਲੋਨ ਲਏ ਆ ਕਿ ਨੰਬਰ ਹੈ ਕਿੱਥੋਂ ਆ ਰਿਹਾ ਹੈਗਾ ਤੁਹਾਨੂੰ ਕੀ ਲੱਗਦਾ ਹੈ ਇਹ ਸਹੀ ਆ ਜਾਂ ਸੱਚੀ 32% ਵਾਲੀ ਗੱਲ ਹੈਗੀ ਆ ਮੈਂ ਮੇਰੇ ਖਿਆਲ 30% ਤੱਕ ਤਾਂ ਮੈਂ ਸੁਣਿਆ ਸੀਗਾ 32 ਦਾ ਤਾਂ ਨਹੀਂ ਸੁਣਿਆ ਪਰ 30 ਲੱਗ ਗਈ ਆ ਕਾਫੀ ਲੱਗ ਗਈ ਆ ਸੋ 30% ਇਜ਼ ਅ ਰਿਐਲਿਟੀ ਵੀ ਲੋਕਾਂ ਨੇ 30% ਉੱਤੇ ਇਕਵਿਪਮੈਂਟ ਲਿਆ ਆ ਜੀ 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 ਉਹ ਦੇਖੋ ਜੀ ਕੀ ਫਿਰ ਇੰਨਾ ਦੇ ਲਈ ਇੱਥਾਂ ਦੀ ਮਾਰਕੀਟ ਸਰਵਾਈਵੇਬਲ ਵੀ ਆ ਬਚ ਸਕਣਗੇ ਕਿ ਕਿਦਾਂ ਹੋਊਗਾ ਮੈਥਸ ਕਿਦਾਂ ਇਹਨਾਂ ਦਾ ਵਰਕਆਊਟ ਕਰੂਗਾ ਅ ਬਰਾਸ਼ਕਰਨ ਅਗੇਨ ਉਹੀ ਇਸ਼ੂ ਹੈਗਾ ਕਿ ਜਿਹੜੀ ਟਰਕਿੰਗ ਦੇ ਵਿੱਚ ਜਿਹੜੀ ਨਵੀਂ ਕਮਿਊਨਿਟੀ ਆਈ ਹੈਗੀ ਆ ਜਿਹੜੀ ਨਵੀਂ ਮਲਕੀ ਰੀਸੈਂਟਲੀ ਜਿਹੜੇ ਐਂਟਰ ਹੋਏ ਹੈਗੇ ਪਿਛਲੇ 2 ਸਾਲਾਂ ਦੇ ਵਿੱਚ ਬਾਇ ਹੁੱਕਰ ਕਰੁਕ ਐਂਟਰ ਹੋਣਾ ਹੀ ਆ ਯੂ نو 노 ਮੈਟਰ ਵਾਟ ਲੈਣਾ ਹੀ ਆ 노 ਕੈਲਕੂਲੇਸ਼ਨ ਕੋਈ ਨੰਬਰਸ ਦਾ ਮਤਲਬ ਨਹੀਂ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਠੀਕ ਹੈ ਨਾ ਜਸਟ ਟਰੱਕ ਲੈਣਾ ਹੈ ਤੇ ਚਲਾਉਣਾ ਹੈ ਦੈਟਸ ਇਟ ਉਹ ਜਿਹੜੀ ਪ੍ਰਵਿਰਤੀ ਆ ਉਹ ਜਿਹੜੀ ਸੋਚ ਆ ਉਹਦੇ ਨਾਲ ਜਿੰਨੇ ਵੀ ਐਂਟਰ ਹੋਏ ਆ ਮੋਸਟ ਕਲਪਰੇਟ ਹੈਗਾ ਇਸ ਵੇਲੇ ਉਹ ਮਹਿਕਮਾ ਜਿਹੜਾ ਆ ਜਿਨ੍ਹਾਂ ਨੇ ਮਾਲਕੀ ਬਿਲਕੁਲ ਸੋਚਿਆ ਹੀ ਕੁਝ ਨਹੀਂ ਟਰੱਕ ਲੈਣ ਲੱਗਿਆ ਮਤਲਬ ਮੈਨੂੰ ਹੈਰਾਨੀ ਹੁੰਦੀ ਆ ਯਾਰ ਕਿ ਅਸੀਂ ਜਿਹੜਾ ਓਨਰ ਆਪਰੇਟਰ ਸੀਗਾ ਬਹੁਤ ਸਾਲਾਂ ਤੋਂ ਬਹੁਤ ਸਾਲਾਂ ਤੋਂ ਆ ਰੀਸੈਂਟਲੀ ਮੇਰੇ ਖਾਲ ਪੰਜ-ਛੇ ਸਾਲਾਂ ਤੋਂ ਜਿਹੜਾ ਓਨਰ ਆਪਰੇਟਰ ਆ ਨਵਾਂ ਟਰੱਕ ਲੈਣ ਲੱਗਾ ਆ ਜਿਹੜਾ ਕਿ 1.40 ਲੱਖ 1.50 ਹਜ਼ਾਰ ਦਾ ਆਉਂਦਾ ਸੀਗਾ ਜੀ ਔਰ ਉੱਤੇ ਵੀ ਸਾਨੂੰ ਲੱਗਦਾ ਸੀਗਾ ਕਿ ਯਾਰ ਬਹੁਤ ਵੱਡਾ ਭਾਰ ਆ ਮਤਲਬ ਕਿ ਬਹੁਤ ਜ਼ਿਆਦਾ ਵੱਡਾ ਹੈਵੀ ਹੋ ਜਾਂਦਾ ਕਿ 5 ਸਾਲ ਦੀਆਂ ਪੇਮੈਂਟਾਂ ਹੁੰਦੀਆਂ ਕਿਵੇਂ ਅਫੋਰਡ ਕਰਨਾ ਹੈ ਕਿਵੇਂ ਤੁਰਨਾ ਹੈ ਸਾਰਾ ਤੇ ਮਤਲਬ ਕਿ ਬਹੁਤ ਜ਼ਰਾ ਉਖਾਣ ਦੇ ਕੋਈ ਮੋਸਟਲੀ ਜਿਹੜੇ ਸਮੇਂ 'ਚ ਅਸੀਂ ਟਰੱਕ ਚਲਾਇਆ ਹੈਗਾ 2009 10 11 12 ਦੇ ਵਿੱਚ ਉਦੋਂ ਬਹੁਤ ਮਿਰ ਕੋਈ ਕੋਈ ਆਪਰੇਟਰ ਹੋਊਗਾ ਜਿਹੜਾ ਰਕਣ ਨਾਵਾ ਟਰੱਕ ਲੈਂਦਾ ਹੋਗਾ ਯੂਸ ਟਰੱਕ ਲੈ ਕੇ ਹੀ ਸਾਰੇ ਕੰਮ ਕਰਦੇ ਸੀਗੇ ਔਰ ਬੜਾ ਵਰੀਆ ਕਰਦੇ ਸੀਗੇ ਹੁਣ ਉਹ ਜਿਹੜਾ ਇੱਕ ਮਤਲਬ ਕਿ ਚੱਲ ਪਿਆ ਕੰਮ ਇੱਕ ਤਾਂ ਕੈਲੀਫੋਰਨੀਆ ਦੇ ਵਿੱਚ ਕਾਰਬ ਦਾ ਇਸ਼ੂ ਆ ਗਿਆ ਉਹਦੇ ਕਰਕੇ ਟਰੱਕ ਜਿਹੜੇ ਸੀਗੇ ਉਹ ਨਵੇਂ ਲੈਣੇ ਪਏ ਉਹ ਇਸ਼ੂ ਨੂੰ ਸੂਤ ਕਰਦੇ ਕਰਦੇ ਉਹ ਐਸਾ ਝੰਜਟ ਸ਼ੁਰੂ ਹੋਇਆ ਕਿ ਹਰ ਇੱਕ ਬੰਦਾ ਨਵੇਂ ਟਰੱਕ 깔ਦੂ ਚੱਲ ਪਿਆ ਠੀਕ ਆ ਚਲੋ ਕੰਮ ਕਰਦੇ ਆ ਮਿਹਨਤ ਕਰਦੇ ਆ ਸਭ ਕੁਝ ਠੀਕ ਆ ਚਲਾਉਂਦੇ ਸੀ ਪਰ ਦੇਖੋ ਨਾ ਵੀ 1.5 ਲੱਖ ਦਾ ਟਰੱਕ ਜਿਹੜਾ ਸੀਗਾ ਉਹ ਜਰੂਰ 2.5 ਲੱਖ ਦਾ ਹੋ ਜੂਵੇ 1 ਸਾਲ ਦੇ ਵਿੱਚ ਤਾਂ ਉਹ ਤਾਂ ਫਿਰ ਮਤਲਬ ਕਿ ਆਬਵੀਅਸਲੀ ਆਪਾਂ ਨੂੰ ਦੇਖਦਾ ਹੀ ਹੈ ਕਿ ਕੀ ਹੋਣਾ ਹੈ ਤੇ ਬਾਕੀ ਹਰਪ੍ਰਭਿੰਦਰ ਸਿੰਘ ਹੁਣੇ ਕਹਿੰਦੇ ਵੀ ਕਦੋਂ ਤੱਕ ਚੱਲੇਗਾ ਇਹਦੇ ਕਦੋਂ ਤੱਕ ਚੱਲਣ ਦਾ ਧਨੀ ਜੀ ਪਤਾ ਹੈਗਾ ਜੇ ਕਿ ਕਦੋਂ ਤੱਕ ਇਹ ਰਹੇਗਾ ਜਿਹੜਾ ਸਿਚੁਏਸ਼ਨ ਹੈਗੀ ਆ ਉਹ ਇਹ ਮਤਲਬ ਕਿ ਰਿਕਵਰ ਹੁੰਦੀ ਹੁੰਦੀ ਰਿਕਵਰ ਹੋਏਗੀ ਕਿਉਂਕਿ ਜਿਹੜੀ ਓਵਰਆਲ ਰਿਸੈਸ਼ਨ ਹੁੰਦਾ ਆ ਕਿਸੇ ਵੀ ਇਕਨੋਮੀ ਦੇ ਵਿੱਚ ਟਰਕਿੰਗ ਇੱਕ ਐਸਾ ਕੀਤਾ ਹੈਗਾ ਕਿ ਜਿੱਥੇ ਰਿਸੈਸ਼ਨ ਦਾ ਅਸਰ ਵੀ ਸਾਰਨ ਨਾਲੋਂ ਪਹਿਲਾਂ ਦੇਖਦਾ ਹੈਗਾ ਤੇ ਉਥੇ ਰਿਸੈਸ਼ਨ ਜਿਹੜਾ ਆ ਦੂਜੀ ਕਮਿਊਨਿਟੀ ਜਿਹੜੀ ਆ ਦੂਜੀ ਇੰਡਸਟਰੀ ਆ ਉਹਦੇ ਨਾਲੋਂ ਰਿਸੈਸ਼ਨ ਚੁੱਕਿਆ ਵੀ ਪਹਿਲਾਂ ਜਾਂਦਾ ਸੋ ਇਹ 1 ਸਾਲ ਦਾ ਸਮਾਂ ਜਿਹੜੇ ਸਪੈਸ਼ਲਿਸਟ ਹੈਗੇ ਆ ਜਿਹੜੇ ਜਾਣਕਾਰ ਹੈਗੇ ਬਹੁਤ ਉਹ 1 ਸਾਲ ਦਾ ਸਮਾਂ ਮੰਨ ਕੇ ਚੱਲਦੇ ਆ ਕਿ 1 ਸਾਲ ਪਹਿਲਾਂ ਜਦੋਂ ਆਮ ਨਾਰਮਲ ਇਕਨੋਮੀ ਦੇ ਵਿੱਚ ਇਨਫਲੇਸ਼ਨ ਆਪਣੀ ਸੋਰੀ ਸ਼ੁਰੂ ਹੁੰਦਾ ਆ ਰੈਸੈਸ਼ਨ ਸ਼ੁਰੂ ਹੁੰਦਾ ਆ ਟ੍ਰਕਿੰਗ ਦੇ ਵਿੱਚ ਕੋਈ ਤਕਰੀਬਨ 1 ਸਾਲ ਪਹਿਲਾਂ ਉਹਦੇ ਲੱਛਣ ਤੇ ਉਹਦਾ ਕੰਮ ਸ਼ੁਰੂ ਹੋ ਜਾਂਦੇ ਆ ਸੋ ਉਹ ਜਿਹੜਾ ਅਸਰ ਹੈਗਾ ਉਹ ਸਾਲ ਸੋ ਉਸ ਕੈਲਕੂਲੇਸ਼ਨ ਉੱਤੇ ਲੈ ਕੇ ਚੱਲੀਏ ਤੇ ਐਟ ਲੀਸਟ 1 ਸਾਲ ਦਾ ਸਮਾਂ ਜਿਹੜਾ ਆ ਉਹ ਡੈਫੀਨਿਟਲੀ ਇਹ ਜਿਹੜਾ ਰਹਿਣ ਵਾਲਾ ਹੈਗਾ ਬਾਕੀ ਡਿਪੈਂਡ ਕਰਦਾ ਕਿ ਕੋਈ ਇਦਾਂ ਦਾ ਔਰ ਦੇਖੋ ਕੋਵਿਡ ਵੀ ਜਿਹੜਾ ਆਇਆ ਸੀਗਾ ਰਾਜਖਣ ਵੱਲ ਕਿਸੇ ਨੇ ਸੋਚਿਆ ਨਹੀਂ ਸੀਗਾ ਉਸ ਵੇਲੇ ਵੀ ਇਹ ਚੀਜ਼ ਇੰਨੀ ਸਿਚੁਏਸ਼ਨ ਖੜੀ ਹੋ ਜਾਣੀ ਹੈ ਔਰ ਇੰਦਾ ਦਾ ਮਾਹੌਲ ਬਣ ਜਾਣਾ ਹੈ ਕਿਉਂਕਿ ਉਦੋਂ ਵੀ ਅਸੀਂ ਬਿਲਕੁਲ ਰੈਸੈਸ਼ਨ ਦੀ ਕਗਾਰ ਤੇ ਖੜੇ ਸੀਗੇ ਰੈਸੈਸ਼ਨ ਬਿਲਕੁਲ ਬਰੂਆਂ ਤੇ ਖੜਾ ਸੀਗਾ ਟਰੱਕਿੰਗ ਨਹੀਂ ਤੇ ਤੇ ਮੁਸ਼ਕਲ ਉਦੋਂ ਇਹ ਹੋਗੀ ਆ ਯਾਰ ਕਿਹਾ ਉਹਦੋਂ ਮੁਸ਼ਕਲ ਲੱਗਦੀ ਸੀ ਲੇਕਿਨ ਉਹ ਹੀ ਹੋ ਗਿਆ ਕਿ ਗਵਰਨਮੈਂਟ ਨੇ ਜਿਹੜਾ ਸਟਿਮੂਲਸ ਮਨੀ ਇੰਨਾ ਵਿੱਚ ਪਾਇਆ ਜਿਹੜਾ ਮਨੀ ਇੰਨੀ ਦਿੱਤੀ ਆ ਉਹਨੇ ਇੱਕ ਵਾਰੀ ਉਹਨੂੰ ਸਟਿਮੂਲੇਟ ਕਰਤਾ ਇਕਨੋਮੀ ਨੂੰ ਹਰ ਚੀਜ਼ ਨੂੰ ਭਜਾਤਾ ਤੋਰਤਾ ਪਰ ਆਬੀਅਸਲੀ ਮੰਗੇ ਹੋਏ ਪੈਸੇ ਤੇ ਜਿਹੜੀ ਬਾਰੋ ਕੀਤੀ ਹੋਈ ਚੀਜ਼ ਆ ਉਹ ਕਿੰਨੇ ਕਦੇਰ ਤੱਕ ਚੱਲਦੀ ਆ ਸੋ ਹੁਣ ਉਹ ਜਿਹੜਾ ਸਮਾਂ ਸੀਗਾ ਜਦ ਕਹਿਣ ਦੇ ਵੀ ਉਹ 2 ਸਾਲ ਆਪਾਂ ਇੱਕ ਇੱਕ ਤੱਕ ਕਹਿਣ ਡਾਉਨ ਦਾ ਰੋਡ ਫਾਰ 2 ਇਅਰਸ ਸੋ ਹਰ ਲੋ ਸਮਝਾ ਜਿਹੜਾ ਆ ਉਹ ਆ ਗਿਆ ਤੇ ਭਿਆਨਕ ਇਸ ਕਰਕੇ ਹੋ ਗਿਆ ਕਿ ਜਿਹੜਾ ਇਕਵਮੈਂਟ ਪ੍ਰਾਈਸਿੰਗ ਕਰਕੇ ਜੀ ਜੀ ਇਹ ਦੇਸਰੋ ਤੇ ਤੁਸੀਂ ਵੀ ਕਾਲ ਜਿਹੜੀ ਹੁਣ ਕਰ ਸਕਦੇ ਹੋ ਜੇ ਤੁਹਾਡਾ ਵੀ ਕੋਈ ਸਵਾਲ ਹੈਗਾ ਤੇ ਉਹਦੇ ਲਈ ਤੁਸੀਂ ਕਰ ਸਕਦੇ ਹੋ ਨੰਬਰ 408 272 5200 4082725200 ਕਮੈਂਟ ਦੇ ਵਿੱਚ ਤਾਂ ਉੱਪਰ ਉਹ ਨਹੀਂ ਕਹਿੰਦੇ ਵੀ ਕਿਸੇ ਨੇ 38% ਤੇ ਵੀ ਚੱਕਿਆ ਗੁਰਵਿੰਦਰ ਨੂੰ ਨਹੀਂ ਕਹਿੰਦੇ 10.5% ਤੇ ਜਿਹੜਾ ਉਹ ਹੈਗਾ ਆ ਤੇ ਕੈਨੇਡਾ ਵਾਲੇ ਤਾਂ ਉਹ ਕਹਿ ਰਹੇ ਆ ਵੀ ਸਾਡੇ ਦਾ 2019 ਵਾਲੀ ਸਿਚੁਏਸ਼ਨ ਅਜੇ ਤਾਈ ਚੱਲੀ ਜਾਂਦੀ ਆ ਉਹ ਵੀ ਵਿਚਾਰੇ ਬੜੇ ਦੁਖੀ ਆ ਉੱਧਰ ਸੋ ਹੁਣ ਇਹ ਤਾਂ ਓਬਵੀਅਸਲੀ ਗੱਲ ਆ ਵੀ ਤੁਹਾਨੂੰ ਜਿਹੜਾ ਉਹ ਦੇਖ ਕੇ ਕੋਈ ਵੀ ਚੀਜ਼ ਤੁਸੀਂ ਬਾਇ ਕਰ ਰਹੇ ਆ ਤਾਂ ਉਹ ਤੁਹਾਨੂੰ ਦੇਖਣਾ ਜਿਹੜਾ ਪੈਂਦਾ ਆ ਹੁਣ ਰਮਨ ਜੀ ਇਹ ਤਾਂ ਸਿੱਧੀ ਜੀ ਗੱਲ ਆ ਵੀ ਜਿਹੜੇ ਇਕਵਿਪਮੈਂਟ ਦਾ ਹਾਈ ਇੰਟਰਸਟ ਰੇਟ ਦੇ ਉੱਤੇ ਜਾਂ ਹਾਈ ਪ੍ਰਾਈਸ ਦੇ ਉੱਤੇ ਤੁਸੀਂ ਖਰੀਦੇ ਆ ਉਸ ਦੀ ਪੂਰਤੀ ਕਰਨ ਦੇ ਲਈ ਜੇ ਤੁਸੀਂ ਲੀਗਲ ਢੰਗ ਦੇ ਨਾਲ ਚੱਲਦੇ ਆ ਫਿਰ ਤਾਂ ਨਹੀਂ ਹੋ ਸਕਦੀ ਫਿਰ ਉਹਦੇ ਲਈ ਫਿਰ ਤੁਹਾਨੂੰ ਡਬਲ ਨੌਨ ਸਟਾਪ ਚੱਲਣਾ ਤੇ ਉਹ ਤਾਂ ਫਿਰ ਇੱਕ ਸਾਲ ਦੇ ਨਾਲ ਮੌਤ ਨੂੰ ਮਾਸੀ ਆਖਣ ਵਾਲੀ ਗੱਲ ਬਣ ਜਾਂਦੀ ਆ ਆਪ ਵੀ ਤੇ ਦੂਜਿਆਂ ਦੇ ਲਈ ਵੀ ਖਤਰਾ ਜਿਹੜਾ ਦੇਖੋ ਮਜਬੂਰੀਆਂ ਜਿਹੜੀਆਂ ਨਾ ਉਹ ਮਜਬੂਰੀਆਂ ਬਣ ਜਾਂਦੀਆਂ ਕੱਲਾ ਇਕਵਿਪਮੈਂਟ ਦੀ ਪ੍ਰਾਈਸਿੰਗ ਨਹੀਂਗੀ ਰਾਜ ਕੱਲਾ ਇਕਵਿਪਮੈਂਟ ਨਹੀਂ ਹੈਗਾ ਜਿਹੜਾ ਕਲਪਰੇਟ ਹੈਗਾ ਇੱਥੇ ਇਕਵਿਪਮੈਂਟ ਦੇ ਨਾਲ-ਨਾਲ ਜਿਹੜੇ ਸੀ ਹੋਰ ਐਕਸਪੈਂਸਸ ਜਿਹੜੇ ਵਧਾ ਲਏ ਹੈਗੇ ਆ ਗੱਡੀਆਂ ਇੰਨੀਆਂ ਮਹਿੰਗੀਆਂ ਲੈ ਲਈ ਹੈਗੇ ਮੇਰੇ ਖਲ ਕੋਈ ਗੱਡੀ ਇੰਨੀ ਮਹਿੰਗੀ ਨਹੀਂ ਦੇਖੀ ਹੋਣੀ ਇਸ ਏਰੀਆ ਦੇ ਵਿੱਚ ਜਿਹੜੀ ਨਾਂ ਆਈ ਹੋਵੇ ਉਸ ਤੋਂ ਬਾਅਦ ਘਰਾਂ ਦੀਆਂ ਪ੍ਰਾਈਸਸ ਦੇਖ ਲਓ ਤੁਸੀਂ ਘਰਾਂ ਦੀਆਂ ਮਤਲਬ ਕਿ ਕੋਈ ਵੀ ਜਿਹੜਾ ਕਰ ਰਿਹਾ ਹੈਗਾ ਯਾ ਉਹ ਕਿੰਨੀ ਪ੍ਰਾਈਸਸ ਜਿਹੜੀ ਇਸ ਵळे ਵਧੀ ਹੋਈ ਆ ਸੋ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਹੈਗੀਆਂ ਇਹ ਇਫੈਕਟ ਕਰਦੀਆਂ ਹੈਗੀਆਂ ਤੁਹਾਡੇ ਬਾਟਮ ਲਾਈਨ ਦੇ ਉੱਤੇ ਤੇ ਜਦੋਂ ਤੁਹਾਡੀ ਬਾਟਮ ਲਾਈਨ ਨੈਗੇਟਿਵ ਹੁੰਦੀ ਦਿਖਦੀ ਆ ਫਿਰ ਤੁਹਾਨੂੰ ਦਿਨ ਰਾਤ ਕੰਮ ਕਰਨ ਤੋਂ ਬਿਨਾ ਹੋਰ ਕੁਝ ਸਹੀ ਤਾਂ ਨਹੀਂਗਾ ਸੋ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਇਸ ਕੰਟਰੀ ਦੇ ਵਿੱਚ ਨਾ ਰਾਜਕੰਦ ਆੜ ਕੇ ਇਸ ਕੰਟਰੀ ਨੂੰ ਸਮਝਣਾ ਪੈਂਦਾ ਆ ਇਹ ਕੰਟਰੀ ਦੇ ਵਿੱਚ ਤੁਸੀਂ ਇਹ ਨਹੀਂ ਕਰ ਸਕਦੇ ਕਿ ਦਿਨ ਰਾਤ ਠੀਕ ਹੈ ਦਿਨ ਰਾਤ ਮਿਹਨਤ ਕਰੋ ਕਰਕੇ ਪਰ ਪ੍ਰੋਪਰ ਟੰਗ ਦੇ ਨਾਲ ਉਹਨੂੰ ਅੱਗੇ ਤੁਸੀਂ ਯੂਜ਼ ਕਰੋ ਮਨੀ ਨੂੰ ਨਾ ਕਿ ਉਹਨੂੰ ਅੰਨਿਆ ਵਾਂਗ ਮਤਲਬ ਹਰਾਨੀ ਆ ਮੈਂ ਰੀਸੈਂਟਲੀ ਕਿਤੇ ਬੈਠਾ ਸੀਗਾ ਗੱਲ ਚੱਲ ਰਹੀ ਸੀ ਜੀ ਕਿਸੇ ਨੇ ਆਪਣੀ ਕਾਰ ਇੱਕ ਕੋਈ ਮਹਿੰਗੀ ਕਾਰ ਜਿਹੜੀ ਹੈਗੀ ਆ ਉਹ ਡੱਬਾ ਜਿਹਾ ਜੀ-ਵੈਗਨ ਜਿਹੜੀ ਆ ਜੀ ਸੋ ਉਹ ਕਾਰ ਜਿਹੜੀ ਆ ਉਹ ਕਿਸੇ ਨੇ 1 ਲੱਖ ਡਾਲਰ ਮਤਲਬ ਓਵਰ ਦਾ ਪ੍ਰਾਈਸ ਦੇ ਕੇ ਲੈ ਲਈ ਆ ਸੋ ਮਤਲਬ ਮੈਂ ਹਰਾਮ ਹਰਾਮ ਸੀ ਗਏ ਸੀ ਜੁੱਤੇ ਵੀ ਜਿੰਨੀ ਪ੍ਰਾਈਸ ਹੈ ਉਹਦੀ 1.5 ਲੱਖ ਦੀ ਪ੍ਰਾਈਸ ਮਰੇ ਖਾਲ ਸੀ ਗਈ ਤੇ ਉਹਦੀ 1 ਲੱਖ ਡਾਲਰ ਉੱਤੇ ਪੇ ਕਰਕੇ ਤੇ ਉਹ ਲਿਆਂਦੀ ਆ ਤੇ ਉਹ ਹੁਣ ਮਤਲਬ ਕੀ ਮਤਲਬ ਵਾਟ ਯੂ ਵਾਂਟ ਟੂ ਅਚੀਵ ਮਤਲਬ ਕੀ ਅਚੀਵ ਕਰਨਾ ਚਾਹੁੰਦੇ ਉਸ ਚੀਜ਼ ਦੇ ਤੋਂ ਕਿਸੇ ਨੂੰ ਤਾਂ ਕੋਈ ਫਰਕ ਨਹੀਂ ਪੈਣਾ ਠੀਕ ਹੈ ਨਾ ਕਿਸੇ ਨੇ ਦੋ ਦਿਨ ਦੇਖਣੀ ਆ ਬਾ ਬੱਲੇ ਬੱਲੇ ਬੜਾ ਵਧੀਆ ਕੀਤਾ ਬੜੀ ਵਧੀਆ ਗੱਡੀ ਹੈ ਪਰ ਇਸ ਤੋਂ ਬਾਅਦ ਹੋਰ ਤਾਂ ਕੁਝ ਨਹੀਂ ਕਰਨਾ ਹੋਰ ਤਾਂ ਫਿਰ ਆਪਣੇ ਸਰੀਰ ਤੇ ਚਲਣਾ ਪੈਣਾ ਸਾਰਾ ਕੁਝ